ਸਾਡੇ ਕੋਲ ਜ਼ਿਆਦਾ ਪੜ੍ਹੇ ਲਿਖੇ ਤਾਂ ਹੈ ਨਹੀਂ, ਜ਼ਿਆਦਾ ਤਾਂ ਨਹੀਂ ਪੜ੍ਹਾਈ ਕੀਤੀ, ਬਾਦ ਸਾਹਿਬ ਤੁਸੀਂ ਵੀ ਆਪ ਦੇ ਵਿੱਚ ਹੀ ਸੀਗੇ ਤੇ ਜਿਹੜੇ ਅੱਜ ਆਪ ਦੇ ਵਿੱਚ ਬੈਠੇ ਨਾ, ਇੱਕ ਫੋਟੋ ਅੰਬੇਦਕਰ ਦੀ ਲਾ ਲਈ, ਇੱਕ ਫੋਟੋ ਭਗਤ ਸਿੰਘ ਦੀ ਲਾ ਲਈ, ਉਹ ਭਗਤ ਸਿੰਘ ਦੀ ਜੁੱਤੀ ਵਰਗੇ ਬਣੀ ਹੈ ਜੀ। ਜਿੱਦਣ ਅਸੀਂ ਆ ਗਏ ਨਾ, ਅਸੀਂ ਇਲੈਕਸ਼ਨ ਲੜ ਲਏ, ਇਹਨਾਂ ਨੇ ਕਿਤੇ ਖੜਨਾ ਨਹੀਂ, ਇਹ ਸਾਡੇ ਸਟੂਡੈਂਟ ਸੀ, ਸਾਡੇ ਹੀ ਸਿਰ ਤੇ ਬਹਿ ਗਏ। ਬਸ ਤੁਸੀਂ ਆਮ ਆਦਮੀ ਪਾਰਟੀ ਛੱਡਤੀ, ਠੀਕ ਹੈ, ਬਹੁਤ ਵਧੀਆ ਕੀਤਾ, ਪਰ ਭੁੱਲਿਓ ਨਾ, ਕੱਲ ਨੂੰ ਤੁਸੀਂ MLA ਬਣ ਜਾਓਗੇ, ਸਾਡੀ ਆਵਾਜ਼ ਭਗਵੰਤ ਮਾਨ ਤੱਕ, ਆਪੋਜੀਸ਼ਨ ਤੱਕ ਪਹੁੰਚਾ ਦਿਓ। ਅੱਜ ਤੁਸੀਂ ਠੀਕ ਆ, ਅੱਜ ਤੁਸੀਂ ਆਜ਼ਾਦ ਖੜੇ ਹੋਏ ਆ, MLA ਤੁਸੀਂ ਜਿੱਤ ਜਾਣਾ ਮੈਂ ਹੁਸ਼ਿਆਰਪੁਰ ਦੇ ਆ ਕੇ, ਛੋਟੀ ਕਾਸ਼ੀ ਦ ਸਿਟੀ ਆਫ ਸੇਂਟਸ ਤੋਂ ਕਹਿ ਰਿਹਾ ਜਿੱਤ ਤੁਸੀਂ ਜਾਣਾ ਆ। ਭੁੱਲਿਓ ਨਾ, ਇਹ ਗੈਸਟ ਫੈਕਲਟੀ ਆ 850, ਇਹਨਾਂ ਨੂੰ ਜੇ 5 ਗੁਣਾ ਕਰ ਲਓ ਨਾ, ਪਰਿਵਾਰ ਸਾਡੇ ਰੋਲਦੇ ਪਏ ਆ, ਰਹਿਣ ਅਸੀਂ ਇਹਨਾਂ ਨੂੰ ਵੀ ਹੈ ਨਾ, ਅਗਲੀ ਵਾਰ ਪਾਰਟੀ ਆਪਣੀ ਬਣਾ ਲਓ, ਨਾਲ ਇਲੈਕਸ਼ਨ ਅਸੀਂ ਲਾ ਲੈਣੇ ਆ, ਔਰ ਇਸ ਸਰਕਾਰ ਨੂੰ, ਗੰਦੀ ਸਰਕਾਰ ਨੂੰ ਦੱਸਾਂਗੇ ਕਿ ਕਿੱਦਾਂ ਸਰਕਾਰਾਂ ਚੱਲਦੀਆਂ, ਕਿੱਦਾਂ ਦੇਸ਼ ਚੱਲਦੇ ਆ। ਜੇ ਕਿਸੇ ਦਾ ਚੁੱਲ੍ਹਾ ਬੁਝਾਉਂਗੇ ਤੇ ਸਾਡੇ ਤੋਂ ਵਧੀਆ ਨੇਤਾ ਬਣ ਜਾਣਗੇ। 45-45 ਮਿੰਟ ਕਲਾਸਾਂ 'ਚ ਖੜ ਕੇ ਐਂ ਬੋਲ ਦਿੰਦਾ, ਪਰਚੀਆਂ ਨਹੀਂ ਹੁੰਦੀਆਂ ਸਾਡੇ ਕੋਲ, ਕਿਤਾਬਾਂ ਨਹੀਂ ਹੁੰਦੀਆਂ ਸਾਡੇ ਦਿਲ ਦੇ ਵਿੱਚ, ਜੋ ਹੁੰਦੀ ਨਾ ਹਿਸਟਰੀ ਬਣਾਉਂਦਾ ਜੀ। ਮੈਂ ਇੱਕ ਗੱਲ ਦੱਸਦਾ ਛੋਟੀ ਜੀ, ਮੀਨ ਸਾਹਿਬ ਜੀ, ਜਪਾਨ ਉਹ ਦੇਸ਼ ਆ ਦੁਨੀਆ ਦਾ ਜਿੱਥੋਂ ਟੀਚਰ ਲੰਘ ਜਾਣੇ ਤਾਂ ਨੇਤਾ ਖੜੇ ਹੋ ਜਾਂਦੇ ਆ, ਤੇ ਆ ਕੀ ਹੋਇਆ, ਵੈਰੀ ਗੇ, ਅਸੀਂ ਚੋਰ ਆ, ਗੁੰਡੇ ਆ, ਅੱਤਵਾਦੀ ਆ, ਕੀ ਆ ਅਸੀਂ, ਪੰਜਾਬ ਸਰਕਾਰ ਕਰੋ ਸਿਆਪਾ, ਸਿੱਖਿਆ ਮੰਤਰੀ ਹੋ ਜਾਣੀ ਆ। ਇਹ ਸਿੱਖਿਆ ਮੰਤਰੀ ਨੇ ਚਿੱਟਾ ਕੁਰਤਾ ਪਜਾਮਾ ਪਾ ਕੇ ਬਹਿੰਦਾ ਸੀ ਸਾਡੇ ਉੱਤੇ, ਚਿੱਟਾ ਕੁਰਤਾ ਪਜਾਮਾ, ਜਿੱਦਾਂ ਦਾ ਸਿੱਖਿਆ ਮੰਤਰੀ ਬਣ ਗਿਆ ਸਾਡੇ ਵੱਲ ਦੇਖ ਰਿਹਾ ਹੁਣੇ, ਤਾਂ ਵੱਲ ਲੋ ਪੜਿਆ ਹੋਇਆ ਉਹਨੇ, ਬੇੜਾ ਗਰਕ ਕਰ ਦਿੱਤਾ ਪੰਜਾਬ ਦਾ। ਜੇ ਪੰਜਾਬ ਦੀ ਜਵਾਨੀ ਨੂੰ ਰੋਲੋਗੇ ਨਾ, ਸਾਡੇ ਕੋਲ ਜਿਹੜੇ ਪੜ੍ਹਦੇ ਆ ਸਾਰੇ 18 ਸਾਲ ਤੋਂ ਉੱਪਰ ਆ, ਵੋਟਰ ਕਹਿੰਦੇ ਉਹਨਾਂ ਨੂੰ, ਤੁਸੀਂ ਧਿਆਨ ਰੱਖਿਓ, ਤੁਸੀਂ ਜਿੱਤ ਜਾਣਾ, ਇਹ ਰੋਲਾ ਨਾ ਦੇ ਜੋ। ਇੱਕ ਗੱਲ ਮੈਂ ਦੱਸਣੀ ਚਾਹੁੰਦਾ, ਮੈਂ ਵੀ ਤੁਹਾਡੇ ਸਾਥੀ ਹਾਂ, ਸਾਥੀ ਮੈਂ ਇਸ ਕਰਕੇ ਕਿਉਂਕਿ 8 ਸਾਲ ਮੈਂ MTech ਹਾਂ, 8 ਸਾਲ ਮੈਂ ਇੰਜੀਨੀਅਰਿੰਗ ਕਾਲਜ 'ਚ BTech ਬੱਚਿਆਂ ਨੂੰ ਪੜ੍ਹਾਇਆ, ਸੋ ਮੈਂ ਵੀ ਟੀਚਰ ਰਿਹਾ, ਸੋ ਮੈਂ ਤੁਹਾਡਾ ਦਰਦ ਵੀ ਸਮਝਦਾ। ਦੂਜੇ ਜਿਵੇਂ ਬਾਈ ਜੀ ਨੇ ਗੱਲ ਕੀਤੀ ਆ, ਕਹਿੰਦੇ ਵੀ ਬਦਲ ਨਾ ਜਾਇਓ, ਹੈ ਨਾ, ਦੇਖੋ ਸਮੇਂ ਦੇ ਗਰਭ 'ਚ ਕੀ ਹੈ ਤਾਂ ਪਰਮਾਤਮਾ ਨੂੰ ਪਤਾ, ਕੱਲ੍ਹ ਨੂੰ ਸਾਹ ਲੈਣਾ ਨਹੀਂ ਲੈਣਾ ਉਸ ਵਾਹਿਗੁਰੂ ਪਰਮਾਤਮਾ ਨੂੰ ਪਤਾ, ਪਰ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਉਹ ਕਿ 2.5 ਸਾਲ ਦੀ ਸਰਕਾਰ ਰਹਿੰਦੀ ਹੋਵੇ ਅਤੇ ਕਿਸੇ ਬੰਦੇ ਨੇ ਆਪਦੀ ਸਰਕਾਰ ਨਾਲ ਮੱਥਾ ਲਾ ਲਿਆ ਹੋਵੇ। ਸੋ ਜਦੋਂ ਆਪਾਂ ਹੁਣ ਮੱਥਾ ਲਾ ਸਕਦੇ ਹਾਂ, MLA ਬਣ ਕੇ ਤਾਂ ਆਪਾਂ ਸਾਰਾ ਕੁਛ ਕਰ ਸਕਦੇ ਹਾਂ, ਇੱਕ ਸਰਕਾਰੀ ਅਹੁਦਾ ਹੋ ਜਾਊ ਜੇ ਤੁਹਾਡੇ ਕੋਲ, ਇੱਕ ਲੋਕਾਂ ਦਾ ਨੁਮਾਇੰਦਾ ਤੁਸੀਂ ਬਣ ਜਾਓਗੇ ਤਾਂ ਤੁਸੀਂ ਸਾਰਾ ਕੁਛ ਕਰ ਸਕਦੇ ਹੋ। ਸੋ ਜਦੋਂ ਆਪਾਂ ਹੁਣ ਨਹੀਂ ਡਰਦੇ, ਤੋਂ ਬਾਅਦ ਆਪਾਂ ਕੀ ਡਰਨਾ। ਸੋ ਮੈਂ ਸਾਡੇ ਕੋਲ ਜ਼ਿਆਦਾ ਪੜ੍ਹੇ ਲਿਖੇ ਤਾਂ ਹੈ ਨਹੀਂ, ਜ਼ਿਆਦਾ ਤਾਂ ਨਹੀਂ ਪੜ੍ਹਾਈ ਕੀਤੀ, ਬਾਦ ਸਾਹਿਬ ਤੁਸੀਂ ਵੀ ਆਪ ਦੇ ਵਿੱਚ ਹੀ ਸੀਗੇ ਤੇ ਜਿਹੜੇ ਅੱਜ ਆਪ ਦੇ ਵਿੱਚ ਬੈਠੇ ਨਾ, ਇੱਕ ਫੋਟੋ ਅੰਬੇਦਕਰ ਦੀ ਲਾ ਲਈ, ਇੱਕ ਫੋਟੋ ਭਗਤ ਸਿੰਘ ਦੀ ਲਾ ਲਈ, ਉਹ ਭਗਤ ਸਿੰਘ ਦੀ ਜੁੱਤੀ ਵਰਗੇ ਬਣੀ ਹੈ ਜੀ। ਜਿੱਦਣ ਅਸੀਂ ਆ ਗਏ ਨਾ, ਅਸੀਂ ਇਲੈਕਸ਼ਨ ਲੜ ਲਏ, ਇਹਨਾਂ ਨੇ ਕਿਤੇ ਖੜਨਾ ਨਹੀਂ, ਇਹ ਸਾਡੇ ਸਟੂਡੈਂਟ ਸੀ, ਸਾਡੇ ਹੀ ਸਿਰ ਤੇ ਬਹਿ ਗਏ। ਬਸ ਤੁਸੀਂ ਆਮ ਆਦਮੀ ਪਾਰਟੀ ਛੱਡਤੀ, ਠੀਕ ਹੈ, ਬਹੁਤ ਵਧੀਆ ਕੀਤਾ, ਪਰ ਭੁੱਲਿਓ ਨਾ, ਕੱਲ੍ਹ ਨੂੰ ਤੁਸੀਂ MLA ਬਣ ਜਾਓਗੇ, ਸਾਡੀ ਆਵਾਜ਼ ਭਗਵੰਤ ਮਾਨ ਤੱਕ, ਆਪੋਜੀਸ਼ਨ ਤੱਕ ਪਹੁੰਚਾ ਦਿਓ। ਅੱਜ ਤੁਸੀਂ ਠੀਕ ਆ, ਅੱਜ ਤੁਸੀਂ ਆਜ਼ਾਦ ਖੜੇ ਹੋਏ ਆ, MLA ਤੁਸੀਂ ਜਿੱਤ ਜਾਣਾ ਮੈਂ ਹੁਸ਼ਿਆਰਪੁਰ ਦੇ ਆ ਕੇ, ਛੋਟੀ ਕਾਸ਼ੀ ਦ ਸਿਟੀ ਆਫ ਸੇਂਟਸ ਤੋਂ ਕਹਿ ਰਿਹਾ ਜਿੱਤ ਤੁਸੀਂ ਜਾਣਾ ਆ। ਭੁੱਲਿਓ ਨਾ, ਇਹ ਗੈਸਟ ਫੈਕਲਟੀ ਆ 850, ਇਹਨਾਂ ਨੂੰ ਜੇ 5 ਗੁਣਾ ਕਰ ਲਓ ਨਾ, ਪਰਿਵਾਰ ਸਾਡੇ ਰੋਲਦੇ ਪਏ ਆ, ਰਹਿਣ ਅਸੀਂ ਇਹਨਾਂ ਨੂੰ ਵੀ ਹੈ ਨਾ, ਅਗਲੀ ਵਾਰ ਪਾਰਟੀ ਆਪਣੀ ਬਣਾ ਲਓ, ਨਾਲ ਇਲੈਕਸ਼ਨ ਅਸੀਂ ਲਾ ਲੈਣੇ ਆ, ਔਰ ਇਸ ਸਰਕਾਰ ਨੂੰ, ਗੰਦੀ ਸਰਕਾਰ ਨੂੰ ਦੱਸਾਂਗੇ ਕਿ ਕਿੱਦਾਂ ਸਰਕਾਰਾਂ ਚੱਲਦੀਆਂ, ਕਿੱਦਾਂ ਦੇਸ਼ ਚੱਲਦੇ ਆ। ਜੇ ਕਿਸੇ ਦਾ ਚੁੱਲ੍ਹਾ ਬੁਝਾਉਂਗੇ ਤੇ ਸਾਡੇ ਤੋਂ ਵਧੀਆ ਨੇਤਾ ਬਣ ਜਾਣਗੇ। 45-45 ਮਿੰਟ ਕਲਾਸਾਂ 'ਚ ਖੜ ਕੇ ਐਂ ਬੋਲ ਦਿੰਦਾ, ਪਰਚੀਆਂ ਨਹੀਂ ਹੁੰਦੀਆਂ ਸਾਡੇ ਕੋਲ, ਕਿਤਾਬਾਂ ਨਹੀਂ ਹੁੰਦੀਆਂ ਸਾਡੇ ਦਿਲ ਦੇ ਵਿੱਚ, ਜੋ ਹੁੰਦੀ ਨਾ ਹਿਸਟਰੀ ਬਣਾਉਂਦਾ ਜੀ। ਮੈਂ ਇੱਕ ਗੱਲ ਦੱਸਦਾ ਛੋਟੀ ਜੀ, ਮੀਨ ਸਾਹਿਬ ਜੀ, ਜਪਾਨ ਉਹ ਦੇਸ਼ ਆ ਦੁਨੀਆ ਦਾ ਜਿੱਥੋਂ ਟੀਚਰ ਲੰਘ ਜਾਣੇ ਤਾਂ ਨੇਤਾ ਖੜੇ ਹੋ ਜਾਂਦੇ ਆ, ਤੇ ਆ ਕੀ ਹੋਇਆ, ਵੈਰੀ ਗੇ,
ਅਸੀਂ ਚੋਰਾਂ ਗੁੰਡਿਆਂ ਅੱਤਵਾਦੀਆਂ ਕੀ ਆ ਅਸੀਂ? ਪੰਜਾਬ ਸਰਕਾਰ ਕਰੋ ਸਿਆਪਾ, ਸਿੱਖਿਆ ਮੰਤਰੀ ਜੇ ਪੰਜਾਬ ਦੀ ਜਵਾਨੀ ਨੂੰ ਰੋਲੋਗੇ ਨਾ, ਸਾਡੇ ਕੋਲ ਜਿਹੜੇ ਪੜ੍ਹਦੇ ਆ ਸਾਰੇ 18 ਸਾਲ ਤੋਂ ਉੱਪਰ ਆ, ਵੋਟਰ ਕਹਿੰਦੇ ਉਹਨਾਂ ਨੂੰ, ਤੁਸੀਂ ਧਿਆਨ ਰੱਖਿਓ ਤੁਸੀਂ ਜਿੱਤ ਜਾਣਾ, ਇਹ ਰੋਲਾ ਨਾ ਨਹੀਂ ਜੋੜ। ਇੱਕ ਗੱਲ ਮੈਂ ਦੱਸਣੀ ਚਾਹੁੰਦਾ, ਮੈਂ ਵੀ ਤੁਹਾਡੇ ਸਾਥੀ ਹਾਂ। ਸਾਥੀ ਮੈਂ ਇਸ ਕਰਕੇ ਕਿਉਂਕਿ 8 ਸਾਲ ਮੈਂ ਐਮਟੈਕ ਹਾਂ, 8 ਸਾਲ ਮੈਂ ਇੰਜੀਨੀਅਰਿੰਗ ਕਾਲਜ 'ਚ ਬੀਟੈਕ ਬੱਚਿਆਂ ਨੂੰ ਪੜ੍ਹਾਇਆ, ਸੋ ਮੈਂ ਵੀ ਟੀਚਰ ਰਿਹਾ, ਸੋ ਮੈਂ ਤੁਹਾਡਾ ਦਰਦ ਵੀ ਸਮਝਦਾ। ਦੂਜੇ ਜਿਵੇਂ ਬਾਈ ਜੀ ਨੇ ਗੱਲ ਕੀਤੀ ਆ, ਕਹਿੰਦੇ ਵੀ ਬਦਲ ਨਾ ਜਾਇਓ, ਹੈ ਨਾ। ਦੇਖੋ ਸਮੇਂ ਦੇ ਗਰਭ 'ਚ ਕੀ ਹੈ ਤਾਂ ਪਰਮਾਤਮਾ ਨੂੰ ਪਤਾ, ਕੱਲ੍ਹ ਨੂੰ ਸਾਹ ਲੈਣਾ ਨਹੀਂ ਲੈਣਾ ਉਸ ਵਾਇਰ ਨੂੰ ਪਰਮਾਤਮਾ ਨੂੰ ਪਤਾ। ਪਰ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਉਹ ਕਿ 2.5 ਸਾਲ ਦੀ ਸਰਕਾਰ ਰਹਿੰਦੀ ਹੋਵੇ ਅਤੇ ਕਿਸੇ ਬੰਦੇ ਨੇ ਆਪਦੀ ਸਰਕਾਰ ਨਾਲ ਮੱਥਾ ਲਾ ਲਿਆ ਹੋਵੇ। ਸੋ ਜਦੋਂ ਆਪਾਂ ਹੁਣ ਮੱਥਾ ਲਾ ਸਕਦੇ ਹਾਂ, MLA ਬਣ ਕੇ ਆਪਾਂ ਸਾਰਾ ਕੁਛ ਕਰ ਸਕਦੇ ਹਾਂ, ਇੱਕ ਸਰਕਾਰੀ ਅਹੁਦਾ ਹੋ ਜਾਊ ਜੇ ਤੁਹਾਡੇ ਕੋਲ, ਇੱਕ ਲੋਕਾਂ ਦਾ ਨੁਮਾਇੰਦਾ ਤੁਸੀਂ ਬਣ ਜਾਓਗੇ ਤਾਂ ਤੁਸੀਂ ਸਾਰਾ ਕੁਛ ਕਰ ਸਕਦੇ ਹੋ। ਸੋ ਜਦੋਂ ਆਪਾਂ ਹੁਣ ਨਹੀਂ ਡਰਦੇ, ਤੋਂ ਬਾਅਦ ਆਪਾਂ ਕੀ ਡਰਨਾ? ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ, ਜਿੱਥੇ ਵੀ ਜਦੋਂ ਵੀ ਮੇਰੀ ਲੋੜ ਆ ਮੈਂ ਰਾਤ ਦਿਨ ਤੁਹਾਡੇ ਲਈ ਹਾਜ਼ਰ ਹਾਂ, ਅਤੇ ਬਣਨਾ ਨਾ ਬਣਨਾ ਇਹ ਪਰਮਾਤਮਾ ਦੇ ਹੱਥ ਆ। ਮੈਂ ਹਰ ਵੇਲੇ ਤੁਹਾਡੀ ਆਵਾਜ਼ ਆ ਜਿਹੜੀ ਉਹ ਬੁਲੰਦ ਕਰੂੰਗਾ ਹਰ ਵੇਲੇ। ਬਹੁਤ ਬਹੁਤ ਧੰਨਵਾਦ। ਆਸ ਕਰਾਂਗੇ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ।